इत्थे दे बच्चे ते कैनेडा दोनों दे विच पंजाबी केड़ा वधिया बोलदा? सच दस्सिओ बिलकुल। असल दे विच मैनूं इह नहीं लगदा कि कैनेडा दे बच्चियां दी पंजाबी वधिया कि इंग्लैंड दी। किहड़े मापिआं दे बच्चियां दी पंजाबी वधिया, इह सब तों अहम गल है कि मापे अपने बच्चों नू पंजाबी दे नाल जुड़न दे लई की करदे। जे असीं बच्चे नू कहांगे कि बच्चे पंजाबी बोलिया कर, आप अंग्रेजी बोली घर दे विच आ के जे बच्चों दे नाल पंजाबी दे किन्ने क शब्द वरतदे आ जी। हुण तत्ता गर्म, जानी उहदे विचों तत्ता शब्द उहनां नू सिखाउणे कि गर्म सिखाउणे जी। हुण उह तत्ते ते गर्म दे विचों जे तो तत्ता कहूगा सानूं चंगी पंजाबी लगदी है जी, गर्म पंजाबी थोड़ी जिही होर तरां दी लगदी है। ਮੈਨੂੰ ਲੱਗਦਾ ਕਿ ਪੰਜਾਬੀ ਭਾਸ਼ਾ ਦਾ ਸੰਬੰਧ ਘਰ ਦੇ ਵਿੱਚ ਬਜ਼ੁਰਗਾਂ ਦੇ ਹੋਣ ਨਾਲ ਬਹੁਤ ਇੰਪੋਰਟੈਂਟ ਆ, ਮਹੱਤਵਪੂਰਨ ਕਨੈਕਸ਼ਨ ਹੈ ਜੁੜਿਆ ਜੇ ਤੁਹਾਡੇ ਘਰ ਦੇ ਵਿੱਚ। ਮੇਰਾ ਮੁੰਡਾ ਕਹਿੰਦਾ ਡੈਡੀ ਗੱਲ ਸੁਣ, ਮੈਂ ਕਿਹਾ ਡੈਡੀ ਜੀ ਗੱਲ ਸੁਣੋ, ਇਹ ਮੈਂ ਕਿਹਾ ਭਾਸ਼ਾ ਸਹੀ ਕਰ ਆਪਣੀ, ਭਾਸ਼ਾ ਸਹੀ ਕਰ ਹੈ ਨਾ, ਇਹ ਫਰਕ ਹੈ। ਤੁਸੀਂ ਇਹ ਦੇਖੋ ਕਿ ਜਦੋਂ ਆਪਾਂ ਛੋਟੀ ਕਲਾਸ 'ਚ ਪੜ੍ਹਦੇ ਸੀ ਜੀ, ਮੈਂ ਬਹੁਤ ਬੱਚੇ ਵਾਲੀ ਥਾਂ 'ਤੇ ਆਪਣੇ ਆਪ ਰੱਖ ਰਿਹਾ, ਆਉਂਦਾ ਕੀ ਸੀ ਚਿੱਤਰਹਾਰ ਜੀ, ਜਮਾਂ ਤਰੰਗ ਜੀ, ਇੱਕ ਲਿਸ਼ਕਾਰਾ ਹਾਂ, ਹਫ਼ਤੇ 'ਚ ਇੱਕ ਫਿਲਮ ਜੀ, ਉਹ ਵੀ ਕਦੇ ਬੱਤੀ ਹੋਣੀ ਕਦੇ ਨਾ ਹੋਣੀ ਜੀ। ਉਦੋਂ ਵੀ ਲੱਗਦਾ ਹੁੰਦਾ ਸੀ ਪਹਿਲਾਂ ਪਹਿਲਾਂ ਪੜ੍ਹ ਲਈਏ ਮੁੜ ਕੇ ਫਿਰ ਪਾਉਣੀ ਹੈ ਜੀ, ਪਹਿਲਾਂ ਪਹਿਲਾਂ ਪੜ੍ਹ ਲਈਏ ਮੁੜ ਕੇ ਲਿਸ਼ਕਾਰਾ ਆਉਣ ਜੀ। ਤੁਸੀਂ ਇਹ ਦੇਖੋ, ਮੈਨੂੰ ਲੱਗਦਾ ਹੁੰਦਾ ਕਿ ਅੱਜ ਦੇ ਬੱਚੇ ਸਾਡੇ ਨਾਲੋਂ ਬਹੁਤ ਵਧੀਆ ਨੇ, ਕਈ ਗੁਣਾ ਵਧੀਆ, ਜਿਨ੍ਹਾਂ ਦੇ ਕੋਲ ਮੋਬਾਈਲ ਪਿਆ, ਮੋਬਾਈਲ ਦੇ ਵਿੱਚ ਸਾਰੀ ਦੁਨੀਆ ਦੀਆਂ ਵੀਡੀਓ ਨੇ ਜੀ, ਸਾਰੀ ਦੁਨੀਆ ਦੀਆਂ ਫਿਲਮਾਂ ਜੀ, ਇੱਧਰਲੇ ਪਾਸੇ ਕੰਪਿਊਟਰ ਹੈ, ਮੂਹਰੇ ਟੀ ਵੀ ਆ, ਅਤੇ ਲਾਗੇ ਇੰਨੇ ਇੰਨੇ ਕੁ ਦੋ ਰਿਮੋਟ ਪਏ ਆ ਜੀ, ਉਹ ਸਾਰੀਆਂ ਚੀਜ਼ਾਂ ਛੱਡ ਕੇ ਆਪਣਾ ਦਿਮਾਗ ਬੰਦ ਕਰਕੇ ਫਿਰ ਵੀ ਭਾਸ਼ਾ ਸਿੱਖ ਰਹੇ ਆ। ਮੈਂ ਹੁੰਦਾ ਮੇਰੇ ਤੋਂ ਨਹੀਂ ਸਿੱਖਿਆ ਜਾਂਦੇ ਸੀ। ਅਸੀਂ ਉਹਨਾਂ ਨੂੰ ਭਾਸ਼ਾ ਪੰਜਾਬੀ ਕਿਉਂ ਸਿਖਾ ਰਹੇ ਹਾਂ, ਸਾਡਾ ਮਕਸਦ ਸਾਨੂੰ ਕਲੀਅਰ ਹੋਣਾ ਚਾਹੀਦਾ ਜੀ। ਇਹ ਨਾ ਹੋਵੇ ਕਿ ਸਾਨੂੰ ਬੁੜਿਆਂ ਨੂੰ ਮੁੜ ਕੇ ਉਹ ਪੰਜਾਬੀ 'ਚ ਪੁੱਛਣਗੇ, ਕਹਿੰਦੇ ਇਹ ਗੱਲ ਨਹੀਂ। ਉਹਨਾਂ ਨੂੰ ਜੇ ਅਸੀਂ ਇਹ ਦੱਸ ਦਿੱਤਾ ਨਾ ਕਿ ਪੰਜਾਬੀ ਭਾਸ਼ਾ ਭਾਈ ਤੁਹਾਡੇ ਲਈ ਕਿਉਂ ਜ਼ਰੂਰੀ ਹੈ, ਤੁਹਾਡੇ ਲਈ ਕਿਉਂ ਇੰਪੋਰਟੈਂਟ ਆ ਸਾਡੇ ਲਈ ਬੱਚੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਆਪਣਾ PBC ਅਤੇ ਮੈਂ ਵਰਿੰਦਰਪਾਲ ਸਿੰਘ ਗਿੱਲ। ਅੱਜ ਵਲੈਤੀਆਂ ਨੂੰ ਇੱਕ ਐਸੀ ਹਸਤੀ ਦੇ ਨਾਲ ਰੂਬਰੂ ਕਰਾਉਂਦੇ ਹਾਂ ਜਿਨ੍ਹਾਂ ਨੂੰ ਤੁਸੀਂ TV ਦੇ ਉੱਤੇ ਆਮ ਹੀ ਦੇਖਦੇ ਰਹਿੰਦੇ ਹਾਂ, ਅਤੇ ਗੱਲਾਂ ਉਹਨਾਂ ਦੀਆਂ ਬਹੁਤ ਲੋਕ ਪਸੰਦ ਕਰਦੇ ਆ। ਇੱਥੋਂ ਤੱਕ ਕਿ ਸਾਡੇ ਪਰਿਵਾਰਕ ਮੈਂਬਰ ਮੇਰੇ ਮਾਤਾ ਜੀ ਨੇ ਕੈਨੇਡਾ ਦੇ ਵਿੱਚ, ਉਹ ਵੀ ਕਹਿੰਦੇ ਕਿ ਬਾਠ ਸਾਹਿਬ ਦੀ ਮੈਂ ਬਹੁਤ ਵੱਡੇ ਪ੍ਰਸ਼ੰਸਕ ਹਾਂ। ਹਰ ਘਰ ਦੇ ਵਿੱਚ ਦੇਖਿਆ ਜਾਣ ਵਾਲਾ TV ਪ੍ਰਾਈਮ ਏਸ਼ੀਆ TV ਅਤੇ ਉਸਦੇ ਜਿਹੜੇ ਬਹੁਤ ਵਧੀਆ ਪੇਸ਼ ਕਰਤਾ ਪਰਮਵੀਰ ਸਿੰਘ ਬਾਠ। ਬਾਠ ਸਾਹਿਬ ਸਵਾਗਤ ਤੁਹਾਡਾ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਮਹਾਰਾਜ, ਧੰਨਵਾਦ ਗਿੱਲ ਸਾਹਿਬ। ਪਹਿਲੀ ਗੱਲ ਮੈਂ ਕਹਿ ਕੇ ਹਟਿਆ ਹੁਣ, ਇਹ ਸਾਡੇ ਮਾਤਾ ਜੀ ਨੇ ਕੈਨੇਡਾ ਰਹਿੰਦੇ ਨੇ ਟੋਰਾਂਟੋ ਜੀ, ਤੁਹਾਡੇ ਬਹੁਤ ਪ੍ਰਸ਼ੰਸਕ। ਮੈਨੂੰ ਉਹਦਾ ਇੱਕ ਕਾਰਨ ਲੱਗਦਾ ਜੀ, ਜੇ ਬਜ਼ੁਰਗ ਸਾਨੂੰ ਠੀਕ ਨਿਆਣੇ ਆਪਣੇ ਕਿਉਂ ਸਮਝਦੇ ਆ ਜੀ, ਕਿਉਂਕਿ ਉਹਨਾਂ ਦੀਆਂ ਸਿਖਾਈਆਂ ਗੱਲਾਂ ਅਸੀਂ ਮਾੜੀਆਂ ਮੋਟੀਆਂ ਸਿੱਖ ਲਈਆਂ। ਹਾਂ, ਤੇ ਜਦੋਂ ਬਜ਼ੁਰਗਾਂ ਨੂੰ ਇਹ ਲੱਗਦਾ ਹੋਵੇ ਕਿ ਭਾਈ ਇਹ ਸਾਡੀਆਂ ਗੱਲਾਂ ਸਿੱਖ ਕੇ ਤੇ ਉਸੇ ਢੰਗ ਨਾਲ ਕੰਮ ਕਰਦੇ ਆ ਜੀ, ਫਿਰ ਨਾਲੇ ਆਪਣੇ ਜਿਹੜੇ ਬਜ਼ੁਰਗ ਹੁੰਦੇ ਨਾ, ਉਹਨੂੰ ਆਪਣੇ ਨਿਆਣੇ ਨੂੰ ਸੁਣਾਉਣ ਦੀ ਆਦਤ ਹੀ ਹੁੰਦੀ ਆ, ਬਾਕੀ ਗੱਲ ਕੁਛ ਨਹੀਂ। ਆਹ ਗੱਲ ਇਸੇ ਇਹ ਖਾਸੀਅਤ ਕਹਿ ਲਓ ਜੀ। ਬਾਠ ਸਾਹਿਬ ਇੰਗਲੈਂਡ ਆਉਣੇ ਹੋਏ ਨੇ ਜੀ, ਇੰਗਲੈਂਡ ਯੂਰਪ ਦੇ ਵੱਖ ਵੱਖ ਹੋਰ ਮੁਲਕ ਜਿਹੜੇ ਆ ਉੱਥੇ ਪੰਜਾਬੀਆਂ ਦਾ ਇੱਕ ਵੱਡਾ ਹਿੱਸਾ ਜਿਹੜਾ ਬੜੇ ਲੰਬੇ ਸਮੇਂ ਤੋਂ ਰਹਿ ਰਿਹਾ ਜੀ, ਉੱਥੇ ਆਪਣੀਆਂ ਚੁਣੌਤੀਆਂ ਨੇ, ਆਪਣੀਆਂ ਸਮੱਸਿਆਵਾਂ ਨੇ ਜੀ। ਹੁਣ ਉਹਨਾਂ ਸਾਰੀਆਂ ਚੀਜ਼ਾਂ ਨੂੰ ਪ੍ਰੈਜੈਂਟ ਚੰਗੇ ਢੰਗ ਦੇ ਨਾਲ ਐਨ ਖੁੱਭ ਕੇ ਨਿੱਠ ਕੇ ਨਿੱਗਰ ਜਿਹੇ ਤਰੀਕੇ ਦੇ ਨਾਲ ਕਿਵੇਂ ਪੇਸ਼ ਕਰਨਾ, ਹੁਣ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਨੂੰ ਖੰਗਾਲਣ ਸੋਚਣ ਵਾਚਣ ਆਏ ਜੀ। ਅੱਛਾ ਜੀ, ਅਤੇ ਇਸ ਤੋਂ ਬਾਅਦ ਪੰਜਾਬ? 3 ਹਫ਼ਤੇ। 3 ਹਫ਼ਤੇ ਜੀ। UK ਵਿੱਚ ਆ ਕੇ ਮੈਂ ਤੁਹਾਨੂੰ ਇੱਦਾਂ ਨਹੀਂ ਪੁੱਛਿਆ ਕਿੱਦਾਂ ਲੱਗਾ ਤੁਹਾਡਾ, ਮੈਂ ਦੇਖਿਆ ਤੁਸੀਂ ਸੋਸ਼ਲ ਮੀਡੀਆ 'ਤੇ ਜੁੜੇ ਰਹਿੰਦੇ ਹਾਂ ਜੀ, ਦਿਖਾਉਂਦੇ ਵੀ ਹਾਂ, ਕੈਨੇਡਾ ਦੇ ਨਾਲੋਂ ਅਤੇ ਇੱਥੇ ਫਰਕ ਕੀ ਕੀ ਲੱਗਾ? ਮੈਨੂੰ ਗਿੱਲ ਸਾਹਿਬ ਪਹਿਲੀ ਗੱਲ ਹੈ ਕਿ ਥੋੜ੍ਹੇ ਦਿਨਾਂ ਦੇ ਵਿੱਚ ਕਿਸੇ ਵੀ ਦੇਸ਼ ਦੀ ਦੂਜੇ ਦੇਸ਼ ਨਾਲ ਜਿਹੜੀ ਤੁਲਨਾ ਕਰਨੀ ਵੀ ਔਖੀ ਹੈ। ਦੂਸਰੀ ਗੱਲ ਇਹ ਹੈ ਕਿ ਦੇਸ਼ ਨੂੰ ਸਮਝਣਾ ਬੜਾ ਜਿਹੜਾ ਇੰਨੀ ਛੇਤੀ ਔਖਾ ਹੋ ਜਾਂਦਾ, ਕਿਉਂਕਿ ਥੋੜ੍ਹੇ ਹਿੱਸੇ ਦੇਖੇ ਹੁੰਦੇ, ਪਰ ਫਿਰ ਵੀ ਮੈਨੂੰ ਐਂ ਲੱਗਿਆ ਕਿ ਬਿਲਕੁਲ ਹੀ ਵੱਖਰਾ ਜਿਹਾ ਕੰਮ ਹੈ ਇੱਥੇ। ਅੱਛਾ, ਮਾੜਾ ਚੰਗੇ ਦੀ ਨਹੀਂ ਗੱਲ ਜੀ, ਬਿਲਕੁਲ ਵੱਖਰਾ ਹੈ, ਕਿਉਂਕਿ ਜਦੋਂ ਸਾਊਥ ਵੱਲ ਗਿਆ ਸੀ ਤਾਂ ਉੱਥੇ ਜਿਹੜੀ ਇੱਕ ਬ੍ਰੌਡਵੇ ਮਿਰਖਲ ਜਿਹਨੂੰ ਕਹਿੰਦੇ ਆ ਜੀ, ਉੱਥੇ ਜਾ ਕੇ ਪੰਜਾਬ ਦਾ ਚੇਤਾ ਹੀ ਨਹੀਂ ਆਉਂਦਾ ਜੀ, ਨਿਰਾਈ ਪੰਜਾਬ, ਨਿਰਾਈ ਪੰਜਾਬ, ਹੋ ਸਕਦਾ ਕਿਸੇ ਨੂੰ ਉੱਥੇ ਭੀੜ ਲੱਗਦੀ ਹੋਵੇ, ਕਿਸੇ ਨੂੰ ਐਂ ਲੱਗਦਾ ਹੋਵੇ ਕਿ ਭਾਈ ਇੱਥੇ ਗੱਡੀ ਖੜੀ ਕਰਨ ਨੂੰ ਥਾਂ ਨਹੀਂ ਜੀ, ਮੈਨੂੰ ਐਂ ਲੱਗਦਾ ਹੁੰਦਾ ਕਿ ਦੁਨੀਆ ਦੇ ਜਿਹੜੇ ਹਿੱਸੇ 'ਚ ਗੱਡੀ ਖੜੀ ਕਰਨ ਨੂੰ ਥਾਂ ਨਹੀਂ, ਇਹਦਾ ਮਤਲਬ ਕਿ ਉੱਥੇ ਲੋਕ ਰਹਿੰਦੇ ਆ, ਲੋਕ ਰਹਿੰਦੇ, ਇਨਸਾਨ ਰਹਿੰਦੇ ਆ ਜੀ, ਤੇ ਬੰਦਾ ਬੰਦੇ ਦਾ ਦਾਰੂ ਹੁੰਦਾ ਜੀ, ਤੇ ਵਧੀਆ ਲੱਗਿਆ ਕਿਸੇ ਨੂੰ, ਹੋ ਸਕਦਾ ਇੱਥੇ ਲੱਗਣ ਕਿ ਘਰ ਛੋਟੇ ਨੇ ਜੀ, ਮਸਲਾ ਘਰ ਵੱਡੇ ਦਾ ਵੀ ਹੈ ਨਹੀਂ ਜੇ ਤੁਹਾਨੂੰ ਬੰਦਾ ਨਹੀਂ ਲੱਭਦਾ ਉੱਥੇ ਜੀ,
ਲੋਕਾਂ ਚ ਆਪਣਤ ਹੈਗੀ ਹੈ ਜੀ, ਬਿਲਕੁਲ ਵੱਖਰੀ ਤਰ੍ਹਾਂ ਦਾ ਸੋਚਣ ਦਾ ਢੰਗ ਹੈ। ਜਦੋਂ ਆਣ ਕੇ ਇੱਥੇ ਸੁਣਿਆ ਕੋਈ 1962 ਦਾ ਆਇਆ ਜੀ, 1958 ਦਾ ਆਇਆ ਜੀ, ਕੋਈ 1960 ਦਾ ਆਇਆ ਜੀ, ਤੇ ਉਹ ਜਿਹੜੇ ਪੁਰਾਣੇ ਬਜ਼ੁਰਗ ਨੇ ਜਦੋਂ ਉਹਨਾਂ ਤੋਂ ਆਪਾਂ ਸੁਣਦੇ ਹਾਂ ਕਿ ਭਾਈ 2 pound ਦਾ ਤੁਲੇ ਸੋਨਾ ਹੁੰਦਾ ਸੀ ਕਿਸੇ ਵੇਲੇ, ਤੇ ਫਿਰ ਇਹ ਲੱਗਦਾ ਮਹਿੰਗਾਈ ਫਿਰ ਅਸੀਂ ਆ ਕਰ ਦਿੱਤੀ ਹੈ। ਜਾਣੀ ਬਿਲਕੁਲ ਵੱਖਰਾ ਪੰਜਾਬੀਆਂ ਦੇ ਕੰਮ ਕਰਨ ਦਾ ਤਰੀਕਾ, ਪੰਜਾਬੀਆਂ ਦੇ ਵਿਚਰਨ ਦਾ ਤਰੀਕਾ ਵੱਖਰਾ, ਪਰ ਵਧੀਆ ਮਾੜਾ ਨਹੀਂ। ਪਹਿਲੀ ਵਾਰ ਆਇਆ? ਪਹਿਲੀ ਵਾਰ ਇੱਥੇ। ਹਾਂਜੀ, ਇੱਕ ਵਾਰੀ ਆਇਆ ਸੀ ਪਰ ਏਅਰਪੋਰਟ ਤੇ 2 ਘੰਟੇ ਸਟੇ ਸੀ ਬਸ। ਅੱਛਾ, ਉੱਥੋਂ ਫਿਰ ਉੱਥੇ ਤੁਹਾਡੀ ਸੀ ਨਾ? ਹਾਂ, ਧਰਤੀ ਸਾਡੀ ਸੀ। ਏਦਾਂ ਇੱਕ ਗੱਲ ਹੋ ਰਿਹਾ, ਜਿਹੜੇ ਇੱਥੇ ਦੇ ਗਾਂ ਇੱਥੇ ਦੀ ਪਨੀਰੀ ਅਗਲੇ ਬੱਚੇ ਨੇ ਕਿਸੇ ਨੂੰ ਮਿਲੇ ਮਿਲ ਕੇ ਦੇਖਿਆ ਤਾਂ? ਹਾਂਜੀ, ਕੱਲ੍ਹ ਦੇ ਉਹੀ ਕੰਮ ਕਰਦੇ, ਉਹੀ ਕਰਦੇ ਜਿਹੜੇ ਇੱਥੇ ਦੇ ਬੱਚੇ ਅਤੇ ਕੈਨੇਡਾ, ਦੋਨਾਂ ਦੇ ਵਿੱਚ ਪੰਜਾਬੀ ਕਿਹੜਾ ਵਧੀਆ ਬੋਲਦਾ, ਸੱਚ ਦੱਸਿਓ। ਬਿਲਕੁਲ, ਹਾਂ ਦੇਖੋ, ਪੰਜਾਬੀ ਦੀ ਗੱਲ ਹੈ ਕਿ ਜਿਹੜੇ ਤਾਂ ਬੱਚੇ, ਕਿਉਂਕਿ ਕੈਨੇਡਾ ਦੇ ਵਿੱਚ ਹੁਣ ਬੱਚੇ ਬਹੁਤ ਸਾਰੇ ਜਿਹੜੇ ਆ ਨਾ ਉਹ ਨਵੇਂ ਗਏ ਨੇ ਬੱਚੇ। ਅੱਛਾ, ਜਿਹੜੇ ਨਵੇਂ ਬੱਚੇ ਗਏ ਆ ਉਹਨਾਂ ਦੀ ਪੰਜਾਬੀ ਬਹੁਤ ਸ਼ਾਨਦਾਰ, ਚੰਗੀ ਹੈ, ਵਧੀਆ ਹਲੇ ਆਏ। ਹਾਂ, ਅਸਲ ਦੇ ਵਿੱਚ ਮੈਨੂੰ ਇਹ ਨਹੀਂ ਲੱਗਦਾ ਕਿ ਕੈਨੇਡਾ ਦੇ ਬੱਚਿਆਂ ਦੀ ਪੰਜਾਬੀ ਵਧੀਆ ਕਿ ਇੰਗਲੈਂਡ ਦੀ, ਕਿਹੜੇ ਮਾਪਿਆਂ ਦੇ ਬੱਚਿਆਂ ਦੀ ਪੰਜਾਬੀ ਵਧੀਆ, ਇਹ ਸਭ ਤੋਂ ਅਹਿਮ ਗੱਲ ਆ। ਬਿਲਕੁਲ, ਕਿ ਮਾਪੇ ਆਪਣੇ ਬੱਚਿਆਂ ਨੂੰ ਪੰਜਾਬੀ ਦੇ ਨਾਲ ਜੁੜਨ ਦੇ ਲਈ ਕੀ ਕਰਦੇ, ਜੇ ਅਸੀਂ ਬੱਚੇ ਨੂੰ ਕਹਾਂਗੇ ਕਿ ਬੱਚੇ ਪੰਜਾਬੀ ਬੋਲਿਆ ਕਰ, ਆਪ ਅੰਗਰੇਜ਼ੀ ਬੋਲੀ, ਘਰ ਦੇ ਵਿੱਚ ਆਣ ਕੇ ਜੇ ਬੱਚਿਆਂ ਦੇ ਨਾਲ ਪੰਜਾਬੀ ਦੇ ਕਿੰਨੇ ਕੁ ਸ਼ਬਦ ਵਰਤਦੇ ਆ ਜੀ। ਹੁਣ ਤੱਤਾ ਗਰਮ, ਜਾਣੀ ਉਹਦੇ ਵਿੱਚੋਂ ਤੱਤਾ ਸ਼ਬਦ ਨੂੰ ਸਿਖਾਉਂਦੇ ਆ ਕਿ ਗਰਮ ਸਿਖਾਉਂਦੇ ਆ ਜੀ। ਹੁਣ ਉਹ ਤੱਤੇ ਤੇ ਗਰਮ ਦੇ ਵਿੱਚੋਂ ਜੇ ਤੋ ਤੱਤਾ ਕਹੂਗਾ ਸਾਨੂੰ ਚੰਗੀ ਪੰਜਾਬੀ ਲੱਗਦੀ ਹੈ ਜੀ, ਗਰਮ ਪੰਜਾਬੀ ਥੋੜੀ ਜਿਹੀ ਹੋਰ ਤਰ੍ਹਾਂ ਦੀ ਲੱਗਦੀ ਹੈ। ਇਸ ਕਰਕੇ ਘਰ ਦੇ ਵਿੱਚ ਮੈਨੂੰ ਲੱਗਦਾ ਕਿ ਪੰਜਾਬੀ ਭਾਸ਼ਾ ਦਾ ਸੰਬੰਧ ਘਰ ਦੇ ਵਿੱਚ ਬਜ਼ੁਰਗਾਂ ਦੇ ਹੋਣ ਨਾਲ ਬਹੁਤ ਇੰਪੋਰਟੈਂਟ ਆ, ਮਹੱਤਵਪੂਰਨ ਕਨੈਕਸ਼ਨ ਹੈ ਜੁੜਿਆ ਜੇ ਤੁਹਾਡੇ ਘਰ ਦੇ ਵਿੱਚ। ਮੇਰਾ ਮੁੰਡਾ ਕਹਿੰਦਾ ਡੈਡੀ ਗੱਲ ਸੁਣ, ਮੈਂ ਕਿਹਾ ਡੈਡੀ ਜੀ ਗੱਲ ਸੁਣੋ, ਇਹ ਮੈਂ ਕਿਹਾ ਭਾਸ਼ਾ ਸਹੀ ਕਰ, ਭਾਸ਼ਾ ਸਹੀ ਕਰ, ਇਹ ਫਰਕ ਆ। ਇਹ 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 ਅਗਲੀ ਪੀੜ੍ਹੀ ਨਾ ਜਿਹੜੀ ਸਾਹਿਬ ਤੁਸੀਂ ਮਹਿਸੂਸ ਕਰਦੇ ਹੋ, ਹੁਣ ਤੁਸੀਂ ਪੱਕੇ ਤੁਸੀਂ ਵੀ ਕੈਨੇਡਾ ਮੂਵ ਹੋ ਗਏ ਜੀ, ਸਾਰਾ ਪਰਿਵਾਰ ਤੁਹਾਡੇ ਉੱਥੇ ਆ, ਉੱਥੇ ਆ ਜੀ, ਤੇ ਆਪਣੇ ਤੁਹਾਡੇ ਸਾਥੀ ਜਿਹੜੇ ਤੁਹਾਡੇ ਨਾਲ ਬਹਿੰਦੇ ਆ ਉੱਥੇ ਨੇ ਜੋ ਉੱਥੇ, ਉਹ ਵੀ ਉੱਥੇ ਨਾ ਜੀ, ਸੰਧੇ ਵਾਲੀ ਆ ਜੀ, ਸੰਧਾ ਵਾਲੀ ਆ ਜੀ। ਹਾਂ, ਮਹਾਰਾਜ ਰਣਜੀਤ ਸਿੰਘ ਦੇ ਜੋ ਇਤਿਹਾਸ ਦੀ ਗੱਲ ਕਰਦੇ, ਸੰਧਾ ਵਾਲੀਆਂ ਦਾ ਜ਼ਿਕਰ ਵੀ ਆਉਂਦਾ ਹਮੇਸ਼ਾ, ਉਹਨਾਂ ਯਾਦ ਆ ਤਾਂ ਲਿਖੇ ਬੰਦੇ ਆ ਜੀ, ਕੀ ਕਹਿ ਸਕਦੇ। ਅੱਛਾ ਜੀ, ਤੇ ਇਹ ਇਹ ਬਿਲਕੁਲ ਫਰਕ ਆ, ਤੁਸੀਂ ਅਗਲੇ ਬੱਚੇ ਤੁਹਾਡੇ ਵੀ ਗਾਂ ਹੁਣ ਬੱਚੇ ਹੋਣਗੇ ਹੋਣਗੇ, ਤੁਸੀਂ ਇਹ ਇਹ ਚੀਜ਼ਾਂ ਮਹਿਸੂਸ ਕਰੋਗੇ ਕਿ ਬੱਚਿਆਂ ਨੂੰ ਪੰਜਾਬੀ ਨਾਲ ਜੋੜਨਾ ਬਹੁਤ ਔਖਾ ਹੈ। ਮੈਨੂੰ ਗਿੱਲ ਸਾਹਿਬ ਉਹਦੇ ਵਿੱਚ 2 ਚੀਜ਼ਾਂ ਲੱਗਦੀਆਂ। ਪਹਿਲੀ ਗੱਲ ਹੈ ਕਿ ਸਾਨੂੰ ਥੋੜ੍ਹਾ ਜਿਹਾ ਨਾ ਆਪਣਾ ਹਿਰਦਾ ਵਿਸ਼ਾਲ ਕਰਨਾ ਪੈਣਾ। ਉਹਦਾ ਕਾਰਨ ਕੀ ਹੈ ਕਿ ਤੁਸੀਂ ਇਹ ਦੇਖੋ ਕਿ ਜਦੋਂ ਆਪਾਂ ਛੋਟੀ ਕਲਾਸ 'ਚ ਪੜ੍ਹਦੇ ਸੀ ਜੀ, ਮੈਂ ਬਹੁਤ ਬੱਚੇ ਵਾਲੀ ਥਾਂ 'ਤੇ ਆਪਣੇ ਆਪ ਰੱਖ ਰਿਹਾ, ਆਉਂਦਾ ਕੀ ਸੀ? ਚਿੱਤਰਹਾਰ ਜੀ, ਜਮਾਂ ਤਰੰਗ ਜੀ, ਇੱਕ ਲਿਸ਼ਕਾਰਾ, ਹਾਂ, ਹਫ਼ਤੇ 'ਚ ਇੱਕ ਫਿਲਮ ਜੀ, ਉਹ ਵੀ ਕਦੇ ਬੱਤੀ ਹੋਣੀ ਕਦੇ ਨਾ ਹੋਣੀ ਜੀ। ਉਦੋਂ ਵੀ ਲੱਗਦਾ ਹੁੰਦਾ ਸੀ ਪਹਿਲਾਂ ਪਹਿਲਾਂ ਪੜ੍ਹ ਲਈਏ ਮੁੜ ਕੇ ਫਿਲਮ ਆਉਣੀ ਹੈ ਜੀ, ਪਹਿਲਾਂ ਪਹਿਲਾਂ ਪੜ੍ਹ ਲਈਏ ਮੁੜ ਕੇ ਲਿਸ਼ਕਾਰਾ ਆਉਣਾ ਜੀ। ਤੁਸੀਂ ਇਹ ਦੇਖੋ, ਮੈਨੂੰ ਲੱਗਦਾ ਹੁੰਦਾ ਕਿ ਅੱਜ ਦੇ ਬੱਚੇ ਸਾਡੇ ਨਾਲੋਂ ਬਹੁਤ ਵਧੀਆ ਨੇ, ਕਈ ਗੁਣਾ ਵਧੀਆ, ਜਿਨ੍ਹਾਂ ਦੇ ਕੋਲ ਮੋਬਾਈਲ ਪਿਆ, ਮੋਬਾਈਲ ਦੇ ਵਿੱਚ ਸਾਰੀ ਦੁਨੀਆਂ ਦੀਆਂ ਵੀਡੀਓ ਨੇ ਜੀ, ਸਾਰੀ ਦੁਨੀਆਂ ਦੀਆਂ ਫਿਲਮਾਂ ਜੀ, ਇੱਧਰਲੇ ਪਾਸੇ ਕੰਪਿਊਟਰ ਹੈ, ਮੂਹਰੇ ਟੀਵੀ ਆ, ਤੇ ਲਾਗੇ ਇੰਨੇ ਇੰਨੇ ਕੁ 2 remote ਪਏ ਆ ਜੀ, ਉਹ ਉਹ ਸਾਰੀਆਂ ਚੀਜ਼ਾਂ ਛੱਡ ਕੇ ਆਪਣਾ ਦਿਮਾਗ ਬੰਦ ਕਰਕੇ ਫਿਰ ਵੀ ਭਾਸ਼ਾ ਸਿੱਖ ਰਿਹਾ। ਮੈਂ ਹੁੰਦਾ ਮੇਰੇ ਤੋਂ ਨਹੀਂ ਸਿੱਖੀਆਂ ਜਾਣ, ਨਹੀਂ ਸਿੱਖੀਆਂ, ਕਿਉਂਕਿ ਜੇ ਅਸੀਂ ਕਹੀਏ ਨਾ ਕਿ ਬੱਚੇ ਟੀਵੀ ਦੇਖਦੇ ਨੇ ਤੇ ਬੱਚੇ ਮੋਬਾਈਲ ਦੇ, ਸਮੱਸਿਆ ਤਾਂ ਹੈਗੀ ਹੈ, ਪਰ ਇੱਕ ਬਹੁਤ ਮੈਨੂੰ ਲੱਗਦਾ ਕਿ ਉਹਨਾਂ ਦੇ ਲਈ ਆਪਣਾ ਸਾਰਾ ਦਿਮਾਗ ਦਾ ਦਰਵਾਜ਼ਾ ਉੱਧਰੋਂ ਬੰਦ ਕਰਕੇ ਆਪਣੇ ਆਪ ਨੂੰ ਜਮ੍ਹਾਂ ਘਟਾਓ, ਤਕਸੀਮ, ਗੁਣਾ ਭਾਗ ਦੇ ਵਿੱਚ ਲਾਉਣਾ, ਵਿਗਿਆਨ ਦੇ ਫਾਰਮੂਲਿਆਂ ਦੇ ਵਿੱਚ ਲਾਉਣਾ, ਕੋਈ ਛੋਟੀ ਗੱਲ ਨਹੀਂ ਹੈ। ਅੱਜ ਅਸੀਂ ਕਰਕੇ ਦੇਖੀਏ, ਅਸੀਂ ਆਪਣੇ ਆਪ ਨੂੰ ਉਹਨਾਂ ਦੀ ਥਾਂ ਦੇ ਉੱਤੇ ਰੱਖਦੇ ਨਹੀਂ, ਪੰਜਾਬੀ ਉਹ ਸਿੱਖਣਗੇ ਜੀ, ਉਹਨਾਂ ਨੇ ਅੰਗਰੇਜ਼ੀ ਵੀ ਸਿੱਖ ਲੈਣੀ, ਉਹਨਾਂ ਨੇ 5-5 ਭਾਸ਼ਾਵਾਂ ਵੀ ਸਿੱਖ ਲੈਣੀਆਂ, ਬਸ ਅਸੀਂ ਉਹਨਾਂ ਨੂੰ ਭਾਸ਼ਾ ਪੰਜਾਬੀ ਕਿਉਂ ਸਿਖਾ ਰਹੇ ਹਾਂ, ਸਾਡਾ ਮਕਸਦ ਸਾਨੂੰ ਕਲੀਅਰ ਹੋਣਾ ਚਾਹੀਦਾ ਜੀ। ਇਹ ਨਾ ਹੋਵੇ ਕਿ ਸਾਨੂੰ ਬੁੜਿਆਂ ਨੂੰ ਮੁੜ ਕੇ ਪੰਜਾਬੀ 'ਚ ਪੁੱਛਣਗੇ ਕਿ ਅੰਗਰੇਜ਼ੀ, ਇਹ ਗੱਲ ਨਹੀਂ। ਉਹਨਾਂ ਨੂੰ ਜੇ ਅਸੀਂ ਇਹ ਦੱਸ ਦਿੱਤਾ ਨਾ ਕਿ ਪੰਜਾਬੀ ਭਾਸ਼ਾ ਭਾਈ ਤੁਹਾਡੇ ਲਈ ਕਿਉਂ ਜ਼ਰੂਰੀ ਹੈ, ਤੁਹਾਡੇ ਲਈ ਕਿਉਂ ਇੰਪੋਰਟੈਂਟ ਆ, ਸਾਡੇ ਲਈ ਨਹੀਂ, ਬੱਚੇ ਸਿੱਖਣਗੇ। ਅਤੇ ਆ ਜਿਹੜੀ ਗੱਲ ਕੀਤੀ ਜਮ੍ਹਾਂ ਘਟਾਓ ਤਕਸੀਮ ਵਗੈਰਾ, ਸ਼ਬਦ ਮੈਂ ਦੇਖਦਾ ਸ਼ਬਦ ਕੁਛ ਤੁਹਾਡਾ ਬਹੁਤ ਵੱਡਾ ਹੈਗਾ, ਮਤਲਬ ਨੋਟ ਕਰਦਾ ਮੈਂ ਗੱਲ। ਚਲੋ, ਇਹਦੇ ਲਈ ਜਿਹੜੇ ਗਾਂ ਪੱਤਰਕਾਰ ਵੀ ਨੇ, ਇੱਥੇ ਵੀ ਜੁੜੇ ਆ, ਕੈਨੇਡਾ ਦੇ ਵਿੱਚ ਵੀ ਆ, ਤੁਹਾਨੂੰ ਸਾਰੇ ਦੇਖਦੇ ਆ, ਪਸੰਦ ਕਰਦੇ ਆ ਲੋਕ, ਬੰਦੇ 'ਚ ਕੋਈ ਗੁਣ ਹੋਵੇ ਤਾਂ ਹੀ ਲੋਕ ਪਸੰਦ ਕਰਦੇ, ਲੋਕਾਂ 'ਚ ਹਰ ਇੱਕ ਬੰਦਾ ਪਸੰਦ ਹੋਣਾ ਚਾਹੁੰਦਾ। ਜਿਹੜਾ ਬੰਦਾ ਪੱਤਰਕਾਰਤਾ ਦੇ ਵਿੱਚ ਲੋਕਾਂ ਦੀ ਪਸੰਦ ਬਣਨਾ ਚਾਹੁੰਦਾ, ਕੀ ਗੁਣ ਹੋਣੇ ਚਾਹੀਦੇ? ਦੇਖੋ, ਮੈਂ ਦੱਸਦਾ ਕਿ ਉਹਦੇ ਕੋਲ ਸਮਾਂ ਹੋਣਾ ਚਾਹੀਦਾ। ਅੱਛਾ, ਜਦੋਂ, ਕਿਉਂਕਿ ਮੈਂ ਫੁੱਲ ਟਾਈਮ ਇਹੀ ਕੰਮ ਕਰਦਾ ਜੀ, ਜੇ ਮੈਂ ਕੁਛ ਨਾਲ ਹੋਰ ਕਰਾਂ, ਹੋ ਸਕਦਾ ਮੇਰੇ ਕੋਲ ਦੁੱਗਣੇ ਪੈਸੇ ਹੋਣ, ਪਰ ਉਹਦੇ ਵਿੱਚ ਫਿਰ ਮੇਰੇ ਕੋਲ ਸਮਾਂ ਨਹੀਂ ਦੇਊਗਾ, ਮੈਂ ਕਿਸੇ ਬੰਦੇ ਦਾ ਕਸੂਰ ਨਹੀਂ ਮੰਨਦਾ ਜੀ। ਉਹਦਾ ਕਾਰਨ ਕੀ ਹੈ ਕਿ ਜੇ ਆਪਾਂ ਸਾਰਾ ਦਿਨ ਟਰੱਕ ਚਲਾਵਾਂਗੇ, ਟੈਕਸੀ ਚਲਾਵਾਂਗੇ, ਕਿਤੇ ਆਫਿਸ ਦੇ ਵਿੱਚ ਕਿਤੇ ਫੈਕਟਰੀ ਜੋਬ ਕਰਾਂਗੇ ਜੀ,
ਸਾਡੀ ਐਨਰਜੀ ਦਾ ਇੱਕ ਹਿੱਸਾ ਵੱਡਾ ਹਿੱਸਾ ਉੱਧਰ ਲੱਗ ਜਾਂਦਾ ਬਿਲਕੁਲ ਮੁੜ ਕੇ ਘਰ ਦਾ ਟਿੰਡ ਫੜੇ ਵੀ ਦੇਖਣਾ ਆਪਾਂ ਕੋਈ ਮਾੜਾ ਮੋਟਾ ਕੋਈ ਦਾਲ ਕੋਈ ਸਬਜ਼ੀ ਵੀ ਉਹਦੇ ਵਿੱਚੋਂ ਸਮਾਂ ਕੱਢ ਕੇ ਆਉਣਾ ਮੈਂ ਤਾਂ ਫੁੱਲ ਟਾਈਮ ਇਹੀ ਕੰਮ ਕਰਦਾ ਜੀ ਮੇਰੇ ਕੋਲ ਤਾਂ 10 ਘੰਟੇ ਪੜ੍ਹਨ ਨੂੰ ਆ ਮੇਰੇ ਕੋਲ ਤਾਂ ਇੱਕ ਸ਼ਬਦ ਦਾ ਦੂਜਾ ਸ਼ਬਦ ਲੱਭਣ ਨੂੰ ਹੈਗੇ ਆ ਹੈਗੇ ਮੇਰੇ ਕੋਲ ਆਪਣੇ ਆਪ ਹੀ ਸ਼ਬਦ ਜ਼ਿਆਦਾ ਹੋਣਗੇ ਜੀ ਉਸ ਬੰਦੇ ਦੇ ਕੋਲੇ ਤਾਂ ਸਮਾਂ ਸੀਮਤ ਕਿਉਂਕਿ ਉਹਦੇ ਕੋਲ 28 ਘੰਟੇ ਥੋੜੇ 24 ਆ ਜੀ ਤਾਂ ਫਿਰ ਉਹ ਉੱਥੇ ਜਾ ਕੇ ਨਾ ਥੋੜੀ ਜਿਹੀ ਸੀਮਤ ਦੂਸਰੀ ਇੱਕ ਗੱਲ ਇਹ ਵੀ ਹੈ ਕਿ ਸਾਨੂੰ ਰਾਤ ਨੂੰ ਜਦੋਂ ਸੌਣਾ ਨਾ ਜੀ ਇਹ ਮੈਨੂੰ ਲੱਗਦਾ ਇਹ ਸਾਰਿਆਂ ਲਈ ਜ਼ਰੂਰੀ ਹੈ ਚਾਹੇ ਪੱਤਰਕਾਰ ਨਹੀਂ ਵੀ ਜੀ ਆਖ ਸੌਣ ਤੋਂ ਆਖਰੀ 15-20 ਮਿੰਟ ਅਸੀਂ ਮੋਬਾਈਲ ਨਹੀਂ ਦੇਖਣਾ ਹਾਂ ਅਸੀਂ ਕਿਤਾਬ ਪੜ੍ਹਨੀ ਹੈ ਚਾਹੇ 2 ਸਫ਼ੇ ਪੜ੍ਹੀਏ ਬੁੱਧ ਉਹਦਾ ਕਾਰਨ ਕੀ ਹੈ ਕਿ ਕਿਸੇ ਦੇ ਲਿਖੇ ਹੋਏ ਸ਼ਬਦ ਜਿਹੜੇ ਆ ਨਾ ਉਹਦੇ ਵਿੱਚੋਂ ਸਾਨੂੰ ਕੋਈ ਨਵੀਂ ਚੀਜ਼ ਲੱਭੂਗੀ ਤੇ ਜਦੋਂ ਨਵੀਂ ਚੀਜ਼ ਲੱਭਦੀ ਹੈ ਰਾਤ ਨੂੰ ਤੁਸੀਂ ਸੌਂਦੇ ਆ ਤਾਂ ਤੁਹਾਡੇ ਦਿਮਾਗ 'ਚ ਉਹ ਘੁੰਮੋ ਉਹਨੇ ਤਾਂ ਟਿਕਟੋਕਾਂ ਹੀ ਘੁੰਮਣੀਆਂ ਇਹ ਗੱਲ ਪੱਕੀ ਆ ਜੀ ਤੇ ਮੇਰੀ ਆਦਤ ਨਹੀਂ ਹਮੇਸ਼ਾ ਗੱਲ ਮੈਂ ਸੱਚੀ ਸਾਫ਼ ਸੁਥਰੀ ਕਰਦਾ ਨਾ ਤੁਹਾਡੇ ਲਈ ਕਿਤਾਬਾਂ ਵੀ ਮੈਂ ਲੈ ਕੇ ਆਇਆ ਤੇ ਮੈਂ ਪੜ੍ਹਨ ਲੱਗਾ ਰਾਤ ਨੂੰ ਸੌਣ ਲੱਗਾ ਜ਼ਰੂਰ ਪੜ੍ਹਦਾ ਨਾ ਚਾਹੇ 2 ਸ਼ਬਦ ਪੜ੍ਹ 2 ਸ਼ਬਦ ਤੇ ਦੂਜੀ ਗੱਲ ਜਿਹੜੀ ਵੀ ਕੀਤੀ ਟਰੱਕ ਵਾਲੀ ਜੀ ਮੈਂ ਵੀ ਦਿਨੇ ਟਰੱਕ ਹੀ ਚਲਾਉਂਦਾ ਕੋਸ਼ਿਸ਼ ਕਰਦਾ ਸੀਮਤ ਹੈ ਸੀਮਤ ਹੈ ਹਾਂਜੀ ਸੀਮਤ ਹੈ ਤੇ ਜਿੱਦਾਂ ਭਾਈ ਸਾਹਿਬ ਆਪਣੇ ਖੜੇ ਇਹ ਵੀ ਇਤਰਾਜ਼ ਕਰਦੇ ਆ ਕਿ ਸ਼ਾਮ ਨੂੰ ਚੋਰ ਰੱਖਣਾ ਟਾਈਮ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਕਿ એનર્ਜੀ ਹੈ ਜਿਹੜੀ ਜੀ ਉਹ ਨਹੀਂ ਰਹਿੰਦੀ ਕਿਉਂਕਿ ਸਵੇਰ ਦੇ ਤੁਸੀਂ ਲੱਗੇ ਆ ਬਹੁਤ ਸਾਰੇ ਕੰਮ ਆ ਇਹ ਬਿਲਕੁਲ ਸਹੀ ਆ ਕਿ ਤੁਹਾਡਾ ਸ਼ੌਂਕ ਤੁਹਾਡਾ ਕਿੱਤਾ ਬਣ ਜਾਏ ਸਭ ਤੋਂ ਵੱਡੀ ਗੱਲ ਹੈ ਤੇ ਤੁਹਾਡਾ ਕਿੱਤਾ ਇਹ ਬਣਿਆ ਹੋਇਆ ਲੋਕਾਂ ਨੂੰ ਤੁਸੀਂ ਬਹੁਤ ਵਧੀਆ ਗੱਲਾਂ ਦੇ ਨਾਲ ਜੋੜਦੇ ਆ ਜੀ ਕੁਝ ਕਹਿਣਾ ਚਾਹ ਰਹੇ ਮੈਂ ਇੱਕੋ ਚਲ ਮੈਂ ਤੁਹਾਡੀ ਗੱਲ ਕੱਟਣਾ ਨਹੀਂ ਚਾਹੁੰਦਾ ਨਹੀਂ ਨਹੀਂ ਮੈਂ ਪਸੰਦ ਨਹੀਂ ਬੋਲਿਆ ਮੈਂ ਸਿਰਫ ਇੱਕੋ ਬੇਨਤੀ ਆਪਣੇ ਭਾਈਚਾਰੇ ਨੂੰ ਕਿਉਂਕਿ ਸਾਰੇ ਹੀ ਮੇਰੇ ਤੋਂ ਸਿਆਣੇ ਨੇ ਵਧੀਆ ਨੇ ਜਿੰਨੇ ਪੱਤਰਕਾਰ ਭਾਈਚਾਰੇ ਚ ਪੁਰਾਣੇ ਬੰਦਿਆਂ ਤੋਂ ਤਾਂ ਅਸੀਂ ਸਿੱਖਦੇ ਆ ਨਵਿਆਂ ਤੋਂ ਵੀ ਸਿੱਖਦੇ ਆ ਮੈਨੂੰ ਇੱਕ ਗੱਲ ਲੱਗਦੀ ਆ ਕਿ ਹਰ ਨਾ ਕੌਮ ਦੀ ਭਾਈਚਾਰੇ ਦੀ ਇੱਕ ਸਥਿਤੀ ਹੁੰਦੀ ਆ ਮੈਨੂੰ ਐਂ ਲੱਗਦਾ ਹੋ ਸਕਦਾ ਮੈਂ ਗਲਤ ਹੋਵਾਂ ਜੀ ਪੱਤਰਕਾਰ ਨੇ ਉਸ ਸਥਿਤੀ ਦੇ ਮੁਤਾਬਕ ਆਪਣੇ ਆਪ ਨੂੰ ਢਾਲਣਾ ਜੀ ਜੇ ਤਾਂ ਕੌਮ ਦੀ ਭਾਈਚਾਰੇ ਦੀ ਵਿੱਤੀ ਸਥਿਤੀ ਠੀਕ ਹੈ ਮਾਨਸਿਕ ਸਥਿਤੀ ਠੀਕ ਹੈ ਬੌਧਿਕ ਪੱਧਰ ਠੀਕ ਹੈ ਜੀ ਉਹਦਾ ਪਾਣੀ ਧਰਤੀ ਤੋਂ ਹੇਠਾਂ ਨਹੀਂ ਗਿਆ ਉਹਦੀ ਉਹਦੇ ਆਉਣ ਵਾਲੀ ਪੀੜ੍ਹੀ ਦੀ ਭਾਸ਼ਾ ਠੀਕ ਹੈ ਜੀ ਫਿਰ ਨਹੀਂ ਉਹਦੇ ਕੋਈ ਬਹੁਤੀ ਸਮੱਸਿਆ ਹੁੰਦੀ ਫਿਰ ਉਹ ਚਲਾਵਾਂ ਕੰਮ ਕਰਕੇ ਵੀ ਚਲਾ ਸਕਦਾ ਜੀ ਪਰ ਜਦੋਂ ਭਾਈਚਾਰਾ ਚੁਣੌਤੀਆਂ 'ਚ ਘਿਰਿਆ ਜੀ ਕਿ ਉਹਦੀ ਵਿੱਤੀ ਸਥਿਤੀ ਵੀ ਨਾਵਾਂ ਡੋਲ ਹੈ ਜੀ ਉਹ ਸੰਸਾਰ ਦੀ ਤਰੱਕੀ ਦੇ ਨਾਲ ਨਵੀਆਂ ਖੋਜਾਂ ਦੇ ਨਾਲ ਵੀ ਥੋੜਾ ਬਹੁਤ ਵਾਸਤਾ ਘੱਟ ਹੈ ਜੀ ਬੌਧਿਕ ਪੱਧਰ ਦੇ ਮੁੱਦੇ ਦੇ ਉੱਤੇ ਵੀ ਅਸੀਂ ਟਿਕਟੋਕ 'ਤੇ ਖੜੇ ਹਾਂ ਜੀ ਫਿਰ ਸਾਡੇ ਭਾਈਚਾਰੇ ਦੀ ਚੁਣੌਤੀ ਬਹੁਤ ਵੱਡੀ ਆ ਜੀ ਜੇ ਫਿਰ ਅਸੀਂ ਪੇਦਲਾ ਕੰਮ ਕਰਦੇ ਹਾਂ ਫਿਰ ਇੱਧਰ ਨਹੀਂ ਆਉਣਾ ਚਾਹੀਦਾ ਫਿਰ ਕਿਸੇ ਹੋਰ ਲਈ ਸਾਨੂੰ ਕੁਰਸੀ ਖਾਲੀ ਕਰਨੀ ਚਾਹੀਦੀ ਹੈ ਬਿਲਕੁਲ ਤਾਂ ਜੋ ਉੱਥੇ ਆ ਕੇ ਕੋਈ ਬੰਦਾ ਹੋ ਸਕਦਾ ਹਰ ਬੰਦੇ ਤੋਂ ਵੱਧ ਕਾਬਲੀਅਤ ਵਾਲੇ ਲੋਕ ਹੁੰਦੇ ਆ ਹੁੰਦੇ ਪਰ ਕਈ ਵਾਰੀ ਕੁਰਸੀ ਨਹੀਂ ਹੁੰਦੀ ਕੁਰਸੀ ਨਹੀਂ ਇਸ ਕਰਕੇ ਜੇ ਤਾਂ ਭਾਈਚਾਰੇ ਨੂੰ ਉਸ ਪੱਧਰ ਤੇ ਪਹੁੰਚ ਲੈਣ ਦਿਓ ਜਿੱਥੇ ਫਿਰ ਆਪਣਾ ਮਾੜਾ ਮੋਟਾ ਚੁਟਕਲਿਆਂ ਦਾ ਕੰਮ ਚੱਲ ਜਾਊਗਾ ਜੀ ਉੱਥੇ ਫਿਰ ਜਾ ਕੇ ਆਪਾਂ ਕੁਰਸੀ ਲੈ ਲਾਂਗੇ ਨਹੀਂ ਤਾਂ ਚੰਗੇ ਬੰਦਿਆਂ ਨੂੰ ਕਿਉਂਕਿ ਇਹ ਕੋਈ ਮੋਮਬੱਤੀਆਂ ਬਣਾਉਣ ਵਾਲੀ ਫੈਕਟਰੀ ਨਹੀਂ ਜੀ ਕਿ ਜਿੱਥੇ ਤੁਸੀਂ ਮੋਮਬੱਤੀ ਜਾਂ ਬਿੰਗੀ ਬਣਾਤੀ ਤਾਂ ਅਗਲਾ ਖਰੀਦ ਕੇ ਲੈਗਾ ਇੱਕ ਦੌਕਾ ਮੰਨ ਲਓ ਯਾਰ ਆਹ ਕੀ ਕੀਤਾ ਯਾਰ ਇੱਥੇ ਤਾਂ ਹਜ਼ਾਰਾਂ ਲੱਖਾਂ ਲੋਕ ਤੁਹਾਨੂੰ ਸੁਣਦੇ ਆ ਸਿੱਧੇ ਤੌਰ ਤੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਪ੍ਰਭਾਵਿਤ ਹੋ ਰਹੇ ਆ ਪਰ ਹੋ ਰਿਹਾ ਤੇ ਅਸੀਂ ਪਤਾ ਨਹੀਂ ਕਿੱਡਾ ਨੁਕਸਾਨ ਕਰ ਜਾਂਦੇ ਹਾਂ ਬਿਲਕੁਲ ਤੁਹਾਡੀ ਗੱਲ ਸਹੀ ਆ ਅੰਤ ਵਿੱਚ ਤੁਹਾਡੀਆਂ ਗੱਲਾਂ ਬਾਤਾਂ ਤੁਹਾਡੇ ਜਿਹੜੇ ਤੁਹਾਡੇ ਨਾਲ ਵੀ ਆਏ ਨੇ ਅਮਨ ਖਟਕੜ ਜੀ ਉਹਨਾਂ ਨਾਲ ਮੈਂ ਗੱਲਬਾਤ ਵੀ ਕਰਕੇ ਦੇਖੀ ਆ ਉਹ ਵੀ ਬਹੁਤ ਡੈਡੀਕੇਟਡ ਨੇ ਵੀ ਜਿਹੜੇ ਮੇਰੇ ਨਾਲ ਜੁੜੇ ਨੇ ਨਾ ਵੀ ਦੁਨੀਆ ਦਿਖਾ ਲੈਣੀ ਆ ਦੁਨੀਆ ਘੁੰਮਣੀ ਆ ਕਿਉਂਕਿ ਉਹਨਾਂ ਦਾ ਸ਼ਬਦ ਕੁਛ ਵੱਡਾ ਹੋਵੇ ਉਹਨਾਂ ਦੇ ਜਿਹੜੇ ਲੋਕਾਂ ਦੇ ਵਿੱਚ ਵਿਚਰਨ ਆ ਉਹ ਵੱਧ ਤੋਂ ਵੱਧ ਵਧੇ ਇੱਡੀ ਵਧੀਆ ਟੀਮ ਦਾ ਜਿਹੜਾ ਇੱਕ ਚਿਹਰਾ ਹੈ ਅਮਨ ਖਟਕੜ ਜਿਹੜੇ ਪ੍ਰਾਈਮ ਏਸ਼ੀਆ ਦੇ ਮਾਲਕ ਵੀ ਨੇ ਕੀ ਫੀਲ ਕਰਦੇ ਹੋ ਜਦੋਂ ਉਹਨਾਂ ਨਾਲ ਵਿਚਰਦੇ ਹੋ ਜਾਂ ਮਤਲਬ ਉਹ ਕਿਹੋ ਜਿਹਾ ਪ੍ਰਭਾਵ ਪਾਉਂਦੇ ਨੇ ਜਾਂ ਦੇਖੋ ਦੋਨਾਂ ਘਰਾਂ ਦੀ ਮਜਬੂਰੀ ਹੈ ਜੀ ਉਹਨਾਂ ਦੀ ਵੀ ਸਾਡੀ ਵੀ ਹਾਂ ਮੈਂ ਮਜਬੂਰੀ ਸ਼ਬਦ ਵਰਤ ਰਿਹਾ ਜੀ ਵੀ ਵੱਡੇ ਕਰਕੇ ਨਹੀਂ ਦੇਖਣਾ ਚਾਹੀਦਾ ਆਪਣੇ ਆਪ ਨੂੰ ਕਿਉਂਕਿ ਜਿੱਥੇ ਕਿ ਚੈਨਲ ਪਹੁੰਚ ਗਿਆ ਜੀ ਹੁਣ ਲੋਕਾਂ ਦਾ ਯਕੀਨ ਤੇ ਵਿਸ਼ਵਾਸ ਵੱਜਾ ਜੀ ਹੁਣ ਇਹ ਨਹੀਂ ਹੈ ਕਿ ਹੋਰ ਵੱਜੇ ਹੁਣ ਤਾਂ ਉਹਨੂੰ ਬਰਕਰਾਰ ਕਿੱਦਾਂ ਰੱਖਣਾ ਖੋਲ ਕੇ ਨਾ ਲੈ ਜਾਵੇ ਜੀ ਉਹ ਯਕੀਨ ਤੇ ਵਿਸ਼ਵਾਸ ਬਰਕਰਾਰ ਰੱਖਣ ਦੇ ਲਈ ਲੋਕਾਂ 'ਚ ਵਿਚਰਨਾ ਬਹੁਤ ਜ਼ਰੂਰੀ ਹੈ ਸਟੂਡੀਓ ਤੋਂ ਬਾਹਰ ਨਿਕਲਣਾ ਬਹੁਤ ਜ਼ਰੂਰੀ ਹੈ ਜੀ ਆਪਾਂ ਕੈਨੇਡਾ ਬੈਠ ਕੇ ਇੰਡੀਆ ਬੈਠ ਕੇ ਆਪਾਂ ਕਹੀਏ ਜੀ ਕਿ ਯੂਕਰੇਨ ਤੇ ਰੂਸ ਦੀ ਲੜਾਈ 'ਚ ਇੱਦਾਂ ਹੋਇਆ ਉਹਦਾ ਪ੍ਰਭਾਵ ਪਊਗਾ ਜਦੋਂ ਲੋਕਾਂ 'ਚ ਜਾਂਦੇ ਹਾਂ ਫਿਰ ਉਹ ਦੱਸਦੇ ਗੋਭੀ ਦਾ ਫੁੱਲ ਕਿੰਨੇ ਦਾ ਹੋ ਗਿਆ ਜੀ ਲੋਕਾਂ 'ਚ ਜਾਂਦੇ ਹੁਣ ਇੱਥੇ ਤੁਹਾਡੇ ਸੋਹੋ ਰੋਡ ਦੇ ਉੱਤੇ ਜਾਵਾਂਗੇ ਜੀ ਫਿਰ ਪਤਾ ਲੱਗੂਗਾ ਕਿ ਬਰਮਿੰਘਮ ਦੇ ਵਿੱਚ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਆਏ ਆ ਜੀ ਉਹਨਾਂ ਦੀਆਂ ਸਮੱਸਿਆਵਾਂ ਕੀ ਨੇ ਕਿਸੇ ਨਾਲ ਮੱਥੇ ਨਾਲ ਮੱਥਾ ਲਾਵਾਂਗੇ ਉਹ ਕਹੂਗਾ ਜੀ ਇੰਨੇ ਮਹੀਨੇ ਹੋ ਗਏ ਕੰਮ ਮਿਲ ਗਿਆ ਕਿ ਨਹੀਂ ਮਿਲਿਆ ਜੀ ਇਹ ਰੂਲ ਜਿਹੜਾ ਕਿ ਪੜ੍ਹਾਈ ਤੋਂ ਬਾਅਦ ਵਰਕ ਪਰਮਿਟ 2 ਸਾਲ ਦਾ ਕਿ 6 ਮਹੀਨਿਆਂ ਦਾ ਦੋਨਾਂ 'ਚ ਫਰਕ ਕੀ ਆ ਭਵਿੱਖ ਦੇ ਉੱਤੇ ਕੀ ਅਸਰ ਪੈਣਾ ਲੋਕਾਂ 'ਚ ਵਿਚਰ ਕੇ ਪਤਾ ਲੱਗਣਾ ਤੇ ਇਹ ਮੈਨੂੰ ਲੱਗਦਾ ਕਿ ਡਿਊਟੀ ਦਾ ਪਾਰਟ ਹੈ ਅੱਛਾ ਤੇ ਜਿੱਦਣ ਇਹ ਕੰਮ ਕਰਨਾ ਛੱਡ ਦਿੱਤਾ ਲੋਕਾਂ ਛੱਡ ਦੇਣਾ
ਬਹੁਤ ਬਹੁਤ ਸ਼ੁਕਰੀਆ ਤੁਹਾਡੇ ਨਾਲ, ਬਹੁਤ ਚੰਗਾ ਲੱਗਾ ਗੱਲਾਂ ਕਰਕੇ। ਮਿਹਰਬਾਨੀ, ਗਲਤੀਆਂ ਪਹਿਲਾਂ ਵੀ ਬਹੁਤ ਹੋਈਆਂ, ਅੱਜ ਵੀ ਹੋਈਆਂ ਹੋਣ, ਕਿਉਂ ਦੀ ਮਾਫੀ? ਨਹੀਂ ਗੱਲੇ ਕੋਈ ਨਹੀਂ, ਵੈਸੇ ਵੀ ਮੈਂ ਦੱਸ ਦਵਾਂ ਦੁਆਬੇ ਤੋਂ, ਵੈਸੇ ਪੰਜਾਬ ਪੂਰਾ ਸਾਰਾ ਸਾਂਝਾ ਹੀ ਆ ਕਿਉਂਕਿ ਸਾਰਿਆਂ ਦਾ ਤੇ ਸਾਡੇ ਗੁਆਂਢੀ ਵੀ ਨੇ ਗੜੀ ਬਖਸ਼ੇ ਤੋਂ ਨੇ, ਤੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਇਸ ਦੇ ਇਸੇ ਕਰਕੇ ਅੱਜ ਗੁਰੂ ਆਪਣੇ ਸਮੈਥ ਗੁਰਦੁਆਰਾ ਸਾਹਿਬ ਵੀ ਬਹੁਤ ਸਾਰੇ ਲੋਕ ਮਿਲਣ ਆਏ ਸੀ, ਬਹੁਤ ਆਪਣੱਤ ਵਾਲਾ ਪਿਆਰ ਰੱਖਦੇ ਨੇ ਕਿਉਂਕਿ ਇਹ ਤਸਵੀਰਾਂ ਦੇ ਰਾਹੀਂ ਜਾਂ ਜਿਹੜੇ ਸਕਰੀਨ ਦੇ ਰਾਹੀਂ ਤੁਹਾਡੇ ਨਾਲ ਜੁੜਦੇ ਨੇ। ਸੋ ਤੁਹਾਡਾ ਸਾਰਿਆਂ ਦਾ, ਤੁਹਾਡੀ ਟੀਮ ਦਾ ਬਹੁਤ ਵਧੀਆ ਜੀ ਸਵਾਗਤ ਤੇ ਚੜ੍ਹਦੀ ਕਲਾ ਜਨਾਬ, ਪ੍ਰਾਈਮ ਮਿਨਿਸਟਰ ਤੁਹਾਡਾ ਬਹੁਤ ਸ਼ੁਕਰੀਆ ਜੀ।